ਗੱਲ ਕਰਦੇ ਹਾਂ ਹੁਣ ਸਿਟੀ ਦੇ ਵੱਲੋਂ ਜੋ ਕਨਿਸਕੀ ਗਾਰਡਨ ਦੀ ਸਾਈਟ ਸੀ ਉਹ ਹੁਣ ਹੈਡਵੇ ਸਕੂਲ ਸੋਸਾਇਟੀ ਨੂੰ ਦਿੱਤੀ ਜਾ ਰਹੀ ਹੈ 38 ਸਟਰੀਟ ਤੇ 38 ਐਵੇਨਿਊ ਤੇ ਇਹ ਜਗਾ ਸੀ ਜੋ ਹੈਡਵੇ ਸਕੂਲ ਸੋਸਾਇਟੀ ਆਫ ਅਲਬਰਟਾ ਨੂੰ ਸਿਟੀ ਦੇ ਵੱਲੋਂ ਦੇਣ ਦਾ ਐਲਾਨ ਕਰ ਦਿੱਤਾ ਗਿਆ ਇਸ ਸੰਬੰਧ ਵਿੱਚ ਗੱਲਬਾਤ ਕਰਨ ਲਈ ਹੈਡਵੇ ਸਕੂਲ ਦੇ ਮੌਜੂਦਾ ਪ੍ਰਿੰਸੀਪਲ ਜਗਵਿੰਦਰ ਸਿੰਘ ਸਿੱਧੂ ਸਾਡੇ ਨਾਲ ਲਾਈਨ 'ਤੇ ਜੀ ਸਿੱਧੂ ਸਾਹਿਬ ਸਵਾਗਤ ਹੈ ਆਪ ਜੀ ਦਾ ਪ੍ਰੋਗਰਾਮ ਸ਼ਾਮਲ ਹੋਣ ਲਈ ਸਰ ਬਹੁਤ ਬਹੁਤ ਮਿਹਰਬਾਨੀ ਜੀ ਤੇ ਸਾਰੇ ਸਰੋਤਣ ਦੇ ਤੁਹਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਇੱਕ ਵਾਰ ਫੇਰ ਆਪ ਜੀ ਦਾ ਵੈਲਕਮ ਸਿੱਧੂ ਸਾਹਿਬ ਆ ਜਿਹੜਾ ਕਨਿਸਕੀ ਗਾਰਡਨ ਸਾਈਡ ਦੀ ਜਗਾ ਹੈਡਵੇ ਸਕੂਲ ਨੂੰ ਦਿੱਤੀ ਜਾ ਰਹੀ ਹੈ ਇਸ ਬਾਰੇ ਦੱਸੋ ਤੇ ਇਹ ਸਬੰਧ ਵਿੱਚ ਕੁਝ ਜੋ ਪਬਲਿਕ ਇੰਟੈਸਟ ਗਰੁੱਪ ਸੀ ਉਹ ਪਹਿਲਾਂ ਅਪੋਜ਼ ਕਰ ਰਹੇ ਸੀ ਪਰ ਹੁਣ ਸਿਟੀ ਦੇ ਵੱਲੋਂ ਪ੍ਰਵਾਨਗੀ ਦੇ ਦਿੱਤੀ ਗਈ ਹੈ ਇਹ ਮਾਮਲਾ ਕੀ ਹੈ ਸਾਰਾ ਔਰ ਜੀ ਵੱਡੀ ਗਲਤੀ ਆ ਸੱਦੀ ਨਾ ਬੁਲਾਈ ਮੈਂ ਲਾੜ ਦੀ ਤਾਈ ਇਹ ਸ਼ਿਟੀ ਦਾ ਲੋਟ ਹੈ ਜਿਹੜਾ ਸੀਗਾ ਉੱਥੇ ਐਗਰੀਕਲਚਰ ਜ਼ੋਨਿੰਗ ਨਾਲ ਬੈਠਾ ਹੈ ਹਮ ओरिजिनल ਸੀਗਾ ਵੀ ਇੱਥੇ ਅਸੀਂ ਸਕੂਲ ਬਣਾਉਣਾ ਹਮ ਤੇ 2003 ਚ ਵੀ ਪੁੱਛਿਆ ਗਿਆ 2009 ਚ ਸਾਰੇ ਸਕੂਲ ਬੋਰਡਾਂ ਨੂੰ ਪੁੱਛਿਆ ਗਿਆ ਵੀ ਤੁਸੀਂ ਭਾਈ ਚਲਾਉਣਾ ਇੱਥੇ ਤੁਸੀਂ ਕੁਝ ਚਲਾਉਣਾ ਸਕੂਲ ਬਣਾਉਣਾ ਤਾਂ ਐਡਮਿੰਟਨ ਪਬਲਿਕ ਨੇ ਫ੍ਰੈਂਕੋਫੋਨ ਨੇ ਤੇ ਕੈਥੇਲਿਕ ਸਕੂਲ ਬੋਰਡ ਨੇ ਕਿਹਾ ਤਾਂ ਵੀ ਅਸੀਂ ਇੱਥੇ ਸਕੂਲ ਨਹੀਂ ਬਣਾਉਣੇ ਕਿਉਂਕਿ ਕਿਲੋਮੀਟਰ ਦੇ ਵਿੱਚ ਉਹਨਾਂ ਦੇ ਆਲਰੇਡੀ ਹੈਗੇ ਆ ਹੂੰ ਹੂੰ ਉਹਨੂੰ ਲੈਂਡ ਨੂੰ ਕਹਿੰਦੇ ਆ ਵੀ ਇਹ ਐਕਸੈਸ ਡਿਕਲੇਅਰ ਕਰਤੀ ਤੇ ਉਸ ਤੋਂ ਬਾਅਦ ਇਹ ਲੋਟ ਸਾਨੂੰ ਮਤਲਬ ਸਿਟੀ ਨੇ ਕਿਹਾ ਵੀ ਅਸੀਂ ਚਲੋ ਸਕੂਲ ਹੀ ਬਣਾਉਣਾ ਸੀ ਇੱਥੇ ਅਸੀਂ ਇੰਡੀਪੈਂਡੈਂਟ ਸਕੂਲ ਬਣਾ ਲੈਣੇ ਆ ਉਹਨਾਂ ਨੇ ਸਾਨੂੰ 2017 ਚ ਸਾਡੇ ਨਾਲ ਐਗਰੀਮੈਂਟ ਕਰ ਲਈ ਸੀ ਹੱਥ ਸ਼ੇਕ ਕਰ ਲਿਆ ਸੀ ਵੀ ਅਸੀਂ ਕਰਾਂਗੇ ਪਰ ਫਿਰ ਉਦੋਂ ਇਹ ਜਿਹੜੇ ਸਾਰੇ ਸਾਰੇ ਇਹ ਜਿਹੜੇ ਯੂਨੀਅਨ ਦੇ ਬੰਦੇ ਹੈਗੇ ਆ ਉਹਨਾਂ ਨੇ ਚੱਕ ਕੇ ਸਿਟੀ ਨੂੰ ਕਹਿੰਦੇ ਵੀ ਸਾਡਾ 100 ਸਾਲ ਦਾ ਤੁਹਾਡੇ ਨਾਲ ਕਨੈਕਸ਼ਨ ਹੈ ਤੁਸੀਂ ਇਹ ਪ੍ਰਾਈਵੇਟ ਸਕੂਲਾਂ ਨੂੰ ਕਿਉਂ ਬਣਾਉਨੇ ਆ ਸਾਡੇ ਸਕੂਲ ਬੰਦ ਹੋ ਜਾਣਗੇ ਹਾਲਾਂਕਿ ਜਿਹੜੇ ਸਕੂਲ ਨੇੜੇ-ਤੇੜੇ ਆ ਉਹਨਾਂ ਨੇ 4-4 5-5 ਪੋਰਟੇਬਲਸ ਐਕਸਟਰਾ ਲਾਏ ਆ ਉਹਨਾਂ ਤੋਂ ਬੱਚੇ ਸੰਭਾਲੇ ਨਹੀਂ ਜਾਂਦੇ ਜੀ ਹੁਣ ਮੇਰਾ ਫਿਰ ਹਾਂਜੀ ਸਵਾਲ ਹੈ ਫੇਰ ਸਿਟੀ ਨੇ ਜੀ 1 ਮਿੰਟ ਫੇਰ ਸਿਟੀ ਨੇ ਫੇਰ ਇਹ ਸਾਲ ਪਹਿਲਾਂ ਕਿਹਾ ਵੀ ਜਿਨੇ ਮਰਜ਼ੀ ਬਿਡ ਦੇਣਾ ਦਿਓ ਤੇ ਅਸੀਂ ਉਹ ਬਿਡ ਦੇਖ ਕੇ ਲਵਾਂਗੇ ਫਰਜ਼ ਕਰੋ ਜੇ ਪਬਲਿਕ ਸਕੂਲ ਨੂੰ ਲੋੜ ਚਾਹੀਦਾ ਸੀ ਉਹ ਬਿਡ ਕਰ ਦਿੰਦੇ ਉਹਨਾਂ ਨੇ ਪਹਿਲਾਂ ਉਹਨਾਂ ਨੂੰ ਵੇਚਣਾ ਸੀ ਨਾ ਕਿ ਉਹ ਹੈੱਡਵੇ ਸਕੂਲ ਨੂੰ ਵੇਚ ਦੇ ਇਹਨਾਂ ਨੇ ਫੇਰ ਨਹੀਂ ਉਹਨੂੰ ਕਿਹਾ ਪਰ ਉਹ ਕਹਿੰਦੇ ਵੀ ਤੁਸੀਂ ਉੱਥੇ ਹੋਰ ਕੁਝ ਬਣਾ ਦਿਓ ਪਾਰਕਿੰਗ ਲਾਟ ਬਣਾ ਦਿਓ ਪਰ ਪ੍ਰਾਈਵੇਟ ਸਕੂਲ ਇੰਡੀਪੈਂਡੈਂਟ ਸਕੂਲ ਨੂੰ ਨਹੀਂ ਵੇਚਣਾ ਬਸ ਆਹੀ ਲੜਾਈ ਹੈ ਸੋ ਪਬਲਿਕ ਸਕੂਲ ਦੀ ਸਿਟੀ ਨਾਲ ਕੀ ਇਨਵੋਲਵਮੈਂਟ ਹੈ ਸਰ ਉਹਨਾਂ ਦੀ ਇਹ ਇਨਵੋਲਵਮੈਂਟ ਹੈ ਕਿ ਜਦੋਂ ਵੀ ਤੁਸੀਂ ਲੈਂਡ ਡਿਵੈਲਪ ਕਰਦੇ ਆ ਨਾ 7% ਜਿਹੜਾ ਹੁੰਦਾ ਬਾਇ ਲਾ ਉਹ ਪਬਲਿਕ ਸਕੂਲਾਂ ਵਾਸਤੇ ਰੱਖਦੇ ਆ ਡਿਵੈਲਪ ਕਰਨ ਲਈ ਤੇ ਗਵਰਨਮੈਂਟ ਉਹਨਾਂ ਨੂੰ ਪੈਸੇ ਦੇ ਦਿੰਦੀ ਹੈ ਉਹ 25-25 ਸਾਲ ਤੱਕ ਰਿਜ਼ਰਵ ਪਏ ਰਹਿੰਦੇ ਆ ਪਰ ਉੱਥੇ ਕੋਈ ਸਕੂਲ ਖੁੱਲੇ ਜਾਂ ਨਾ ਖੁੱਲੇ ਤੇ ਹੁਣ ਉਹ ਉਹਨਾਂ ਨੇ 100 ਸਾਲ ਹੋ ਗਿਆ ਇਹਨਾਂ ਦੀ ਜਿਹੜੀ ਟ੍ਰੈਡੀਸ਼ਨ ਚੱਲ ਰਹੀ ਹੈ ਕਿ ਹੁਣ ਹੁਣ ਕੀ ਹੋ ਗਿਆ ਵੀ ਜਿਹੜੀਆਂ ਚੀਜ਼ਾਂ ਇਹ ਬੜੀਆਂ ਸੀ ਪਰੰਪਰਾਵਾਂ ਇਹ 100 ਸਾਲ 150 ਸਾਲ ਪਹਿਲਾਂ ਬੜੀਆਂ ਸੀ ਉਦੋਂ ਚੀਜ਼ਾਂ ਹੋਰ ਸੀ ਇੱਥੇ ਪਾਪੂਲੇਸ਼ਨ ਜ਼ੋਰ ਸੀ ਹੁਣ ਪਾਪੂਲੇਸ਼ਨ ਬਦਲ ਗਈ ਹੈ ਜਿਹੜੀ ਕੈਨੇਡੀਅਨ ਡੈਮੋਕਰਸੀ ਹੈ ਕਨਸਟੀਟਿਊਸ਼ਨ ਹੈ ਉਹ ਵੀ 1981 ਚ ਬਦਲ ਗਈ ਹੈ ਹੁਣ ਇੱਥੇ ਸਿਰਫ ਇੰਗਲਿਸ਼ ਤੇ ਫ੍ਰੈਂਚ ਹੀ ਨਹੀਂ ਰਹਿ ਗਏ ਇੱਥੇ ਹੋਰ 100 ਨੈਸ਼ਨੈਲਿਟੀਆਂ ਹੋਰ ਹੈ ਇਸ ਇਹਨਾਂ ਨੂੰ ਮਤਲਬ ਇਹ ਚੀਜ਼ ਇਹੀ ਬਹੁਤ ਵੱਡੀ ਗੱਲ ਸੀ ਕਿ ਜਿਹੜੀ ਸਿਟੀ ਆਫ ਐਡਮਿੰਟਨ ਨੇ ਅੱਜ ਇਸ ਗੱਲ ਨੂੰ ਮੱਦੇਨਜ਼ਰ ਰੱਖਦੇ ਹੋਏ ਵੀ ਇਹ ਹੁਣ ਜਿਹੜਾ ਜਿਹਨੂੰ ਇਹ ਲੋਟ ਉਹਨਾਂ ਦਾ ਹੈ ਹੀ ਨਹੀਂ ਇਹ ਸਾਨੂੰ ਕਿਉਂ ਇਹ ਦਵਾ ਨਹੀਂ પા ਸਕਦੇ ਅਸੀਂ ਜਿਹਨੂੰ ਮਰਜ਼ੀ ਵੇਚੀਏ ਤੇ ਜਿਹੜੀ ਕਮਿਊਨਿਟੀ ਹੈ ਪੰਜਾਬੀ ਕਮਿਊਨਿਟੀ ਵੀ ਬਹੁਤ ਇੰਪੋਰਟੈਂਟ ਹੈ ਉਹਨਾਂ ਦੇ ਬੱਚੇ ਘੰਟਾ ਘੰਟਾ ਬੈਠੇ ਬੱਸ ਦੇ ਵਿੱਚ ਵਿਚਾਰੇ ਜਾਂਦੇ ਐ ਸੋ ਉਹਨਾਂ ਨੂੰ ਵੀ ਆਪਣੇ ਘਰ ਦੇ ਨੇੜੇ ਸਕੂਲ ਬਣਾਉਣ ਦਾ ਹੱਕ ਹੈ ਕਿਉਂਕਿ ਪੈਸੇ ਹੁਆਪ ਲਾ ਰਹੇ ਐ ਸੋ ਇਹ ਇਹ ਜਿਹੜੀ ਜ਼ਮੀਨ ਹੈ ਇਸ ਨੂੰ ਕੌਣ ਓਨ ਕਰਦਾ ਹੈਗਾ ਸਿਟੀ ਆਫ ਐਡਮਿੰਟਨ ਹਮ ਹੁਣ ਜੇ ਤੁਸੀਂ ਤੁਹਾਨੂੰ ਸਿਟੀ ਲੋਟ ਵਿੱਚ ਕੋਈ ਤੇ ਮੈਂ ਜਾ ਕੇ ਸਿਟੀ ਮੁਖੀ ਹਾਂ ਬਸੋਤਾ ਸਾਹਿਬ ਨੂੰ ਇਹ ਲੋਟ ਨਾ ਦਿਓ ਇਹ ਕਿੱਡੀ ਨਜਾਇਜ਼ ਚੀਜ਼ ਹੈ ਹਮ ਹ ਮੇਰਾ ਐਸਐਸਵਾਨ ਸਵਾਲ ਹੈ ਕਿ ਵਾਟ ਇਜ਼ ਯੂ ਐਂਡ ਟੇਕ ਔਨ ਐਜੂਕੇਸ਼ਨ ਮਾਈ ਟੇਕ ਔਨ ਐਜੂਕੇਸ਼ਨ ਇਜ਼ ਯੂਨਾਈਟਿਡ ਨੇਸ਼ਨਸ ਕਹਿੰਦੀ ਹੈ ਮਾਂ ਬਾਪ ਦਾ ਹੱਕ ਹੈ ਜਿਹੀ ਜੀ ਮਰਜ਼ੀ ਐਜੂਕੇਸ਼ਨ ਦੇਣ ਕੈਨੇਡੀਅਨ ਜਿਹੜੀ ਕਨਸਟੀਟਿਊਸ਼ਨ ਆ ਉਹ ਕਹਿੰਦੇ ਹੈ ਮਲਟੀਕਲਚਰਲਿਜ਼ਮ ਰਿਫਲੈਕਟ ਹੋਣਾ ਚਾਹੀਦਾ ਜਿਹੜੀ ਮਤਲਬ ਅਲਬਰਟਾ ਐਜੂਕੇਸ਼ਨ ਵਾਲੇ ਆ ਉਹ ਕਹਿੰਦੇ ਟੋਟਲੀ ਚੋਇਸ ਚਾਹੀਦੀ ਹੈ ਅਡ ਅਡ ਤਰ੍ਹਾਂ ਦੇ ਸਕੂਲ ਹੋਣੇ ਚਾਹੀਦੇ ਆ ਸਾਰੇ ਲੋਕੇ ਕਹਿ ਰਹੇ ਆ ਐਕਸੈਪਟ ਜਿਹੜਾ ਮਤਲਬ ਪਬਲਿਕ ਸਕੂਲ ਬੋਰਡ ਹੈ ਉਹ ਕਹਿੰਦੇ ਵੀ ਬਸ ਕੈਥੋਲਿਕ ਸਕੂਲ ਬੋਰਡ ਵੀ ਨਹੀਂ ਹੋਣਾ ਚਾਹੀਦਾ ਸਿਕੋਈ ਹੋਣੇ ਚਾਹੀਦੇ ਆ ਸਾਡੇ ਕੋਲ ਹੀ ਫੰਡ ਆਨ ਆ ਸਾਨੂੰ ਵੀ نو ਵਾਟਸ ਬੈਸਟ ਫਾਰ ਯੂਅਰ ਚਿਲड्रन no they do not know what's best for our children ਹੁਣ ਤਾਂ ਸਾਰੇ ਰੇਡ ਕੇ ਹਾਜੇ ਹੁਣ ਤਾਂ ਸਾਰੇ ਰੇਡ ਕੇ ਖਤਮ ਹੋ ਗਏ ਤੇ ਤੁਹਾਨੂੰ ਹੁਣ ਇਹ ਮਿਲ ਲਿਆ ਪਲਾਟ ਤੇ ਇਸ ਦੇ ਵਿੱਚ ਫਿਰ ਸਕੂਲ ਕਦੋਂ ਤੱਕ ਇਸ ਦਾ ਨਿਰਮਾਣ ਹੋ ਜਾਇਆਗਾ ਇਸ ਲੋਕੇਸ਼ਨ ਤੇ ਤੇ ਕੀ ਫਾਇਦਾ ਹੋਏਗਾ ਤਿੰਨ ਸਾਲ ਆ ਜੀ ਸਾਡੀ ਮਤਲਬ ਜਿਹੜੀ ਹੈਗੀ ਟਾਈਮ ਨਹੀਂ ਪਰ ਇਹਦੇ ਦਾ ਫਾਇਦਾ ਇਹ ਹੈ ਬੱਚੇ ਘੰਟਾ ਘੰਟਾ ਬੱਸ ਦੇ ਵਿੱਚ ਨਹੀਂ ਬੈਠਣਗੇ ਜੀ ਵਿਚਾਰੇ ਹੂੰ ਹੂੰ ਘੰਟਾ ਆਉਣ ਦੇ ਘੰਟਾ ਜਾਣ ਤੇ ਉਹਨੋਂ ਹੋ ਮਤਲਬ ਪੇਰੈਂਟਸ ਵੀ ਛੱਡ ਸਕਦੇ ਆ ਕਈ ਬੱਚੇ ਤੁਰ ਕੇ ਆ ਜਾ ਕਰਨਗੇ ਸੋ ਉਹ ਜਿਹੜਾ ਬੱਸਿੰਗ ਵਾਲਾ ਕੰਮ ਸੀ ਉਹ ਬਹੁਤ ਮਤਲਬ ਔਖਾ ਸੀ ਬੱਚਿਆਂ ਵਾਸਤੇ ਸਾਡੇ ਵਾਸਤੇ ਅਸੀਂ 20 ਸਾਲ ਕੱਢ ਲਿਆ ਸੋ ਇੱਕ ਹੋਰ ਨੰਬਰ 2 ਹੋਰ ਚੀਜ਼ਾਂ ਈਵਨਿੰਗ ਲਾਈਫ ਈਵਨਿੰਗ ਨੂੰ ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਕਰਨੀਆਂ ਵੀਕਐਂਡ ਤੇ ਕੁਝ ਉੱਥੇ ਕਰਨਾ 10 ਬੰਦੇ ਕਹਿੰਦੇ ਸੀ ਬਾਲੀਵਾਲ ਖੇਡਣੀ ਹੈ ਸੋ ਅਸੀਂ ਇਹ ਸਾਰਾ ਕੁਝ ਕੋਆਰਡੀਨੇਟ ਇੱਕ ਤਰ੍ਹਾਂ ਦੀ ਕਮਿਊਨਿਟੀ ਲੀਗ ਬਣ ਗਈ ਸਾਡੇ ਸਾਰੀ ਕਮਿਊਨਿਟੀ ਦੀ ਅਸੀਂ ਸਾਂਝੇ ਕਮਿਊਨਿਟੀ ਦੇ ਬੰਦੇ ਆ ਅਸੀਂ ਕੱਲੇ ਇੱਕ ਇੱਕ ਵਰਗ ਦੇ ਲਈ ਨਹੀਂ ਜਿਹੜਾ ਮਰਜੀ ਸਾਡੇ ਕੋਲੋਂ ਸਾਡੇ ਇੱਥੇ ਨੇਵੀ ਨੇਵੀ ਕਨੈਕਟਸ ਹੈਗੇ ਆ ਸੋ ਸਾਡੇ ਸਾਰੇ ਆ ਸਕਦੇ ਆ ਸੋ ਸਿੱਧੂ ਸਾਹਿਬ ਬਹੁਤ ਮਿਹਰਬਾਨੀ ਅੱਜ ਇਸ ਪ੍ਰੋਗਰਾਮ ਸ਼ਾਮਲ ਹੋਣ ਲਈ ਤੇ ਇਹ ਜਾਣਕਾਰੀ ਸਾਂਝੀ ਕਰਨ ਲਈ ਮਿਹਰਬਾਨੀ ਸਰ ਥੈਂਕ ਯੂ ਜੀ ਤੇ ਸਾਰੀ ਕਮਿਊਨਿਟੀ ਜਿੰਨਾਂ ਨੇ ਸਾਡੀ ਮਦਦ ਕੀਤੀ ਹੈ ਜਿਵੇਂ ਹਰਮਨ ਕੰਡੋਲਾ ਸਰ ਦਿਓਲ ਸਾਹਿਬ ਗਿਲ ਸਾਹਿਬ ਸਾਡੇ ਬੋਰਡ ਮੈਂਬਰ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਸਾਰਿਆਂ ਨੇ ਦੱਬ ਕੇ ਜੋਰ ਲਾਇਆ ਸੀ ਤੇ ਅੱਜ ਅਸੀਂ ਇੱਥੇ ਤੱਕ ਪਹੁੰਚ ਗਏ ਹਾਂ ਮਿਹਰਬਾਨੀ ਸਰ ओके okay, ससी काल जी सो so, ए सन प्रिंसिपल जगविंदर सिद्धू जो ਸਾਡੇ ਨਾਲ ਗੱਲਬਾਤ ਕਰ ਰਹੇ ਆ ਸਕੂਲ ਦੀ ਨਵੀਂ ਲੋਕੇਸ਼ਨ ਬਾਰੇ ਜੋ ਸਿਟੀ ਦੇ ਵੱਲੋਂ ਇਹਨਾਂ ਨੂੰ ਦਿੱਤੀ ਗਈ ਹੈ ਤੇ ਹੁਣ ਕਮਰਸ਼ੀਅਲ ਬ੍ਰੇਕ ਉਸ ਤੋਂ ਬਾਅਦ ਕੀ ਸਟੋਨ ਐਕਸਲ ਪਾਈਪਲਾਈਨ ਦੇ ਬਾਰੇ ਵਿਚਾਰ ਚਚਾ ਕਰਾਂਗੇ